ਕਿ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ। 300 ਯੂਨਿਟ ਮਾਫੀ ਆ ਜਿਹੜੀ, ਤੁਸੀਂ ਜਿੰਨੇ ਮਰਜ਼ੀ ਯੂਨਿਟ ਫੂਕ ਲਓ ਕਿ ਸਾਰਿਆਂ ਦੇ ਬਿੱਲ ਲੱਗੇਗਾ। ਤਾਂ ਜੇ ਤੁਹਾਡੇ 700 ਯੂਨਿਟ ਫੂਕਦੇ ਆ ਤਾਂ ਕੀ ਤੁਹਾਨੂੰ 100 ਯੂਨਿਟ ਦਾ ਬਿੱਲ ਦੇਣਾ ਪਏਗਾ? ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਹੈ। ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਕੱਲ੍ਹ ਇੱਕ ਮਤਾ ਪਾਸ ਕੀਤਾ ਗਿਆ, ਜਿਸ ਤੋਂ ਬਾਅਦ ਆਮ ਲੋਕਾਂ ਦੇ ਵਿੱਚ ਜਿਹੜਾ ਹੈ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਜਾਂ ਫਿਰ ਜਿਹੜੀ ਬਿਜਲੀ ਦਰਾਂ ਨੂੰ ਲੈ ਕੇ ਜੀ ਕਟੌਤੀ ਕੀਤੀ ਗਈ ਹੈ ਜਾਂ ਫਿਰ ਮਾਫ਼ ਕੀਤੀ ਗਈ ਹੈ ਕੁਛ ਯੂਨਿਟ, ਕਿ ਉਹ ਬੰਦ ਕੀਤੀ ਜਾ ਰਹੀ ਹੈ। ਇਸ 'ਤੇ ਅਸੀਂ ਪੂਰੀ ਗੱਲਬਾਤ ਕਰਾਂਗੇ ਕਿ ਬਾਕੀ ਇਹ ਜਿਹੜੀ ਨਵੀਂ ਪੋਲਿਸੀ ਬਣਾਈ ਗਈ ਹੈ ਕੀ ਹੈ, ਇਸ 'ਤੇ ਅਸੀਂ ਪੂਰੀ ਝਾਤ ਮਾਰਦੇ ਹਾਂ। ਪੂਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ। ਰਪਾਣੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਪਾਣਾ ਜੀ, ਪੋਲਿਸੀ ਕੀ ਹੈ? ਲੋਕ ਬੜੇ ਛੱਛੋ ਪੰਜ ਦੇ ਵਿੱਚ ਨੇ ਕਿ ਜਿਹੜੀਆਂ ਦਰਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਜਾਂ ਫਿਰ ਜਿਹੜਾ 300 ਯੂਨਿਟ ਆ ਉਹ ਮਾਫ਼ ਕੀਤੀ ਜਾ ਰਹੀ ਹੈ, ਪੂਰਾ ਮਾਜਰਾ ਕੀ ਹੈ? ਦੇਖੋ ਅਮਰਜੀਤ, ਗੱਲ ਇਹ ਆ, ਇੱਕ ਨਾ ਜਿਹੜੀਆਂ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਜਿਹੜਾ ਵਿਧਾਨ ਸਭਾ ਦਾ ਇੱਕ 2 ਰੋਜ਼ਾ ਸੈਸ਼ਨ ਸੀ ਜੀ, ਉਹਦੇ 'ਚ ਇੱਕ ਮਤਾ ਲਿਆਂਦਾ ਗਿਆ ਸੀ। ਉਹਦੇ ਨਾ 2-3 ਪਾਰਟ ਨੇ ਇਸ ਚੀਜ਼ ਦੇ ਜੀ। ਇੱਕ ਤਾਂ ਇਹ ਹੈ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਸੀਗੇ ਕਾਂਗਰਸ ਸਰਕਾਰ ਦੇ ਆਖਰੀ ਸਮੇਂ 'ਤੇ, ਉਦੋਂ ਉਹਨਾਂ ਨੇ ਇੱਕ ਪੰਜਾਬ ਸਰਕਾਰ ਨੂੰ ਇੱਕ ਆਰਡੀਨੈਂਸ ਲਿਆਂਦਾ ਸੀ, ਉਦੋਂ ਇੱਕ ਮਤਾ ਪਾਸ ਕੀਤਾ ਸੀ, ਇੱਕ ਸਰਕੂਲਰ ਕੱਢਿਆ ਸੀ ਪੰਜਾਬ ਪਾਵਰ ਕਾਰਪੋਰੇਸ਼ਨ ਨੂੰ ਜੀ, ਕਿ 3 ਰੁਪਏ ਯੂਨਿਟ ਜਿਹੜੀ ਬਿਜਲੀ ਹੈ ਉਹ ਲੋਕਾਂ ਨੂੰ ਦਿੱਤੀ ਜਾਵੇ ਅਤੇ ਬਾਕੀ ਪੈਸਾ ਸਰਕਾਰ ਦੇ ਜੀ। ਇੱਕ ਤਾਂ ਉਹ ਹੈ, ਇੱਕ ਤਾਂ ਉਹ ਮਤਾ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਰਕਾਰ ਨੇ 300 ਯੂਨਿਟ ਮਾਫ਼ ਕੀਤੇ 2 ਮਹੀਨਿਆਂ ਦੇ 600, ਇੱਕ ਉਹ ਚੀਜ਼ ਹੈ। ਉਸਦੇ ਵਿੱਚ ਇੱਕ ਹੋਰ ਸੀਗਾ ਕਿ ਕੀ 300 ਯੂਨਿਟ ਮਾਫ਼ੀ ਆ ਜਿਹੜੀ, ਤੁਸੀਂ ਜਿੰਨੇ ਮਰਜ਼ੀ ਯੂਨਿਟ ਫੂਕ ਲਓ ਕਿ ਸਾਰਿਆਂ ਦੇ ਬਿੱਲ ਲੱਗੇਗਾ, ਜਾਂ ਤੁਹਾਨੂੰ ਅਗਰ 600 ਯੂਨਿਟ ਬਣਦੇ 2 ਮਹੀਨਿਆਂ ਦੇ ਤਾਂ ਜੇ ਤੁਹਾਡੇ 700 ਯੂਨਿਟ ਫੂਕਦੇ ਆ ਤਾਂ ਕੀ ਤੁਹਾਨੂੰ 100 ਯੂਨਿਟ ਦਾ ਬਿੱਲ ਦੇਣਾ ਪਏਗਾ ਜਾਂ 700 ਦਾ ਹੀ ਦੇਣਾ ਪਏਗਾ? ਇਹ 3-4 ਚੀਜ਼ਾਂ ਸੀਗੀਆਂ। ਤਾਂ ਹੁਣ ਪੰਜਾਬ ਸਰਕਾਰ ਨੇ ਇੱਕ ਮਤਾ ਪਾਸ ਕੀਤਾ, ਤਾਂ ਉਹਦੇ 'ਚ ਇਹ ਦੱਸਿਆ ਜਾ ਰਿਹਾ ਵੀ ਜਿਹੜਾ 3 ਰੁਪਏ ਯੂਨਿਟ ਵਾਲਾ ਜਿਹੜਾ ਮਤਾ ਸੀ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਸਮੇਂ ਦਾ, ਉਹ ਮਤਾ ਰੱਦ ਕੀਤਾ, ਅਤੇ ਤਾਂ ਕਿ ਜਦੋਂ ਕੋਈ ਬੰਦਾ 300 ਜਾਂ 600 ਯੂਨਿਟ ਤੋਂ ਵੱਧ ਬਿਜਲੀ ਫੂਕੇਗਾ ਜਿਹੜੀ ਉਸਨੂੰ ਬਿੱਲ ਆਉਣਾ ਅਗਲਾ, ਤਾਂ ਉਹ 3 ਰੁਪਏ ਯੂਨਿਟ ਦੇ ਹਿਸਾਬ ਨਾਲ ਨਹੀਂ, ਪੂਰੀ ਬਿਜਲੀ ਦੇ ਹਿਸਾਬ ਨਾਲ ਬਿੱਲ ਆਉਣਾ, ਯਾਨੀ ਕਿ ਆਪਾਂ ਸਿੱਧੇ ਤੌਰ ਪੂਰੇ ਰੇਟਾਂ ਤੇ ਜੇ ਸਿੱਧੇ ਤੌਰ ਤੇ ਕਹੀ ਹੈ ਜੇ 301 ਯੂਨਿਟ ਹੋ ਜਾਂਦੀ ਹੈ ਤਾਂ 301 ਯੂਨਿਟ ਦੇ ਪੈਸੇ ਦੇਣੇ ਉਹਨਾਂ ਨੇ ਨਾ? ਹਾਂ, ਪੂਰੇ ਪੂਰੇ। ਠੀਕ ਹੈ, ਹੁਣ ਇਹਦੇ 'ਤੇ ਆਪਾਂ ਵਧੇਰੇ ਜਾਣਕਾਰੀ ਲਈ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਰਾਜ ਬਿਜਲੀ ਬੋਰਡ ਤੋਂ ਰਿਟਾਇਰ ਨੇ ਜੀ, ਸੀਨੀਅਰ ਅਧਿਕਾਰੀ ਨੇ ਰਿਟਾਇਰ ਇੰਜੀਨੀਅਰ ਭੁਪਿੰਦਰ ਸਿੰਘ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਇਸ ਜਿਹੜਾ ਇਹ ਸਾਰਾ ਪੰਜਾਬ ਸਰਕਾਰ ਨੇ ਜਿਹੜਾ ਹੁਣ ਨਵਾਂ ਇੱਕ ਮਤਾ ਲਿਆਂਦਾ ਸੀਗਾ, ਤਾਂ ਇਹ ਹੈ ਕੀ ਹੈ? ਉਹ ਪੂਰੀ ਇਕੱਲੀ ਇਕੱਲੀ ਗੱਲ ਹੈ ਜਿਹੜੀ ਸਾਡੇ ਦਰਸ਼ਕਾਂ ਨੂੰ ਸਮਝਾਉਣਗੇ, ਪੰਜਾਬੀ ਦੇ ਵਿੱਚ ਇਕੱਲੀ ਇਕੱਲੀ ਗੱਲ ਉਹਨਾਂ ਤੋਂ ਕੋਸ਼ਿਸ਼ ਕਰਾਂਗੇ ਕਿ ਸਮਝਣ ਦੀ ਕਿ ਇਹ ਮਤਾ ਹੈ ਕੀ ਹੈ। ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ ਬਿਜਲੀ ਵਿਭਾਗ ਦੇ ਮਾਹਰ ਨੇ, ਬਿਜਲੀ ਬੋਰਡ 'ਚੋਂ ਰਿਟਾਇਰ ਨੇ ਇੰਜੀਨੀਅਰ ਭੁਪਿੰਦਰ ਸਿੰਘ ਜੀ। ਭੁਪਿੰਦਰ ਸਿੰਘ, ਤੁਹਾਡਾ ਚੜ੍ਹਦੇ ਕਲਾ ਟਾਈਮ ਟੀਵੀ 'ਤੇ ਸਵਾਗਤ ਹੈ ਜੀ। ਧੰਨਵਾਦ ਜੀ। ਅੱਛਾ ਭੁਪਿੰਦਰ ਸਿੰਘ ਜੀ, ਆਪਾਂ ਇੱਕ ਇਹ ਜਾਣਕਾਰੀ ਦਿਓ ਕਿ ਜਿਵੇਂ ਹੁਣ ਪੰਜਾਬ ਸਰਕਾਰ ਨੇ ਇੱਕ ਕੱਲ੍ਹ ਲਾਗੂ ਕੀਤਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿ 7 ਕਿਲੋ ਵਾਟ ਦਾ ਜਿਹੜਾ ਮੀਟਰ ਹੈਗਾ ਉਹਦੇ 3 ਰੁਪਏ ਯੂਨਿਟ ਲੱਗਣਗੇ, ਕੀ ਇਹ ਆਪਾਂ ਜੇ ਪੰਜਾਬੀ ਜਿਹੜੇ ਪੰਜਾਬ ਦੇ ਸਾਡੇ ਦਰਸ਼ਕ ਨੇ ਅਗਰ ਲੋਕ ਨੇ ਪੰਜਾਬ ਦੇ ਉਹਨਾਂ ਨੂੰ ਪੰਜਾਬੀ 'ਚ ਸਿੱਧਾ ਸਮਝਾਈਏ ਕਿ ਬਿਜਲੀ ਮਾਫ਼ੀ ਬੰਦ ਹੋ ਗਈ
ਜਾਂ 3 ਰੁਪਏ ਯੂਨਿਟ ਲੱਗ ਗਏ? ਨਹੀਂ, ਬਿਜਲੀ ਮਾਫੀ ਅਸਲ ਚ ਇਹਨੂੰ ਏਦਾਂ ਸਮਝੀਏ, ਦੋ ਤਰੀਕੇ ਦੇ ਬਿਜਲੀ ਬਿੱਲਾਂ ਚ ਜਿਹੜਾ ਫਾਇਦਾ ਹੁੰਦਾ ਸੀ ਖਪਤਕਾਰਾਂ ਨੂੰ, ਇੱਕ ਤਾਂ ਸੀਗਾ ਵੀ 300 ਯੂਨਿਟ ਫ੍ਰੀ ਬਿਜਲੀ ਦਾ ਜੀ ਪ੍ਰਤੀ ਮਹੀਨਾ, ਉਹਦੇ ਵਿੱਚ ਉੱਤੇ ਕੋਈ ਲੋਡ ਦੀ ਰਿਸਟ੍ਰਿਕਸ਼ਨ ਨਹੀਂ ਸੀਗੀ, ਹੈ ਨਾ ਵੀ ਜਿਹੜਾ 300 ਯੂਨਿਟ ਤੱਕ ਹੈ ਤੇ ਉਹਨੂੰ ਮਾਫ ਹੋ ਜਾਣਾ। ਦੂਸਰਾ ਇਹ ਸੀਗਾ ਕਿ ਜਿਹੜਾ ਕਿ ਚੰਨੀ ਜਦੋਂ ਸਰਕਾਰ ਸੀਗੀ ਪਿਛਲੀ, ਉਹਨਾਂ ਦਾ ਫੈਸਲਾ ਇਹ ਸੀਗਾ ਵੀ 7 ਕਿਲੋ ਵਾਟ ਤੱਕ ਜਿਹੜੇ ਘਰੇਲੂ ਖਪਤਕਾਰ ਨੇ ਉਹਨਾਂ ਨੂੰ ਰਿਆਇਤੀ 3 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲਦੀ ਹੈ, ਮਿਲਣੀ ਹੈ ਜੀ। ਠੀਕ ਹੈ, ਬਾਕੀ ਜਿਹੜੀ ਹੈ ਜਿਹੜੇ 3 ਤੋਂ ਉੱਤੇ ਪੈਸੇ ਉਹ ਸਬਸਿਡੀ ਸਰਕਾਰ ਦਿੰਦੀ ਸੀ। ਬਿਲਕੁਲ ਬਿਲਕੁਲ ਜੀ ਜੀ, ਉਹ ਜਿਹੜਾ ਪਾਰਟ ਹੈ ਉਹ ਸਰਕਾਰ ਨੇ ਉਹ ਬੰਦ ਕਰ ਦਿੱਤਾ, ਜਿਹੜਾ ਉਹ 300 ਯੂਨਿਟ ਜਿਹੜਾ ਫ੍ਰੀ ਵਾਲਾ ਜਿਹੜਾ ਹੈਗਾ ਉਹ ਬੰਦ ਨਹੀਂ ਕੀਤਾ ਜੀ। ਸੋ ਇਹ ਅਨੁਮਾਨਿਤ ਹੈ ਇਹ ਨਾਲ 1500-1600 ਕਰੋੜ ਰੁਪਇਆ ਸਬਸਿਡੀ ਦਾ ਬਿੱਲ ਸਰਕਾਰ ਦਾ ਘੱਟ ਜਾਏਗਾ ਜੀ, ਤੇ ਤਕਰੀਬਨ 10-11 ਲੱਖ ਜਿਹੜੇ ਬੈਨੀਫਿਸ਼ਰੀ ਜੇ ਇਸ ਕਲੋਜ਼ ਦੇ ਅੰਦਰ ਆਉਂਦੇ ਸੀਗੇ ਉਹਨਾਂ ਨੂੰ ਫਾਇਦਾ ਜਿਹੜਾ ਉਹ ਉਹਨਾਂ ਨੂੰ ਬਿੱਲਾਂ ਵਿੱਚ ਉਹ ਅਮਾਊਂਟ ਲੱਗ ਕੇ ਆਏਗਾ, ਇਹ ਚੀਜ਼ ਹੈ ਜੀ। ਜੀ ਭੁਪਿੰਦਰ ਜੀ, ਇੱਕ ਕੀ ਆਪਾਂ ਮੈਨੂੰ ਆਪਾਂ ਜਿਹੜਾ ਆਖਰੀ ਸਵਾਲ ਆਪਾਂ ਫਿਰ ਮੈਂ ਦੁਬਾਰਾ ਉਹੀ ਗੱਲ ਕਰਾਂਗਾ ਕਿ ਜਿਸ ਦਾ ਮੀਟਰ 2 ਕਿਲੋ ਵਾਟ, 3 ਕਿਲੋ ਵਾਟ ਜਾਂ 1 ਕਿਲੋ ਵਾਟ, ਕੀ ਉਹਦੇ ਤੇ ਉੱਪਰ ਕੋਈ ਅਸਰ ਹੋਏਗਾ? ਉਹਦੇ ਤੇ ਅਸਰ ਇਹ ਹੈ ਵੀ ਜੇ 2 ਕਿਲੋ ਵਾਟ ਦਾ ਆਪਾਂ ਉਦਾਹਰਣ ਲੈ ਲੈਣੇ ਮੀਟਰ ਹੈ ਜੀ, ਜੇ ਤਾਂ ਉਹ ਖਪਤ ਆਪਣੀ 300 ਯੂਨਿਟ ਦੇ ਵਿੱਚ ਵਿੱਚ ਕਰ ਰਿਹਾ, ਠੀਕ ਹੈ ਜੀ, ਉਹਨੂੰ 0 ਬਿੱਲ ਆਏਗਾ ਜੀ। ਜੇ ਉਹਦਾ 300 ਯੂਨਿਟ ਤੋਂ ਉੱਤੇ ਖਪਤ ਹੋ ਗਈ ਜੀ ਉਹਨੂੰ ਪੂਰਾ ਬਿੱਲ ਦੇਣਾ ਪਏਗਾ ਜੀ, ਤੇ ਆਹ ਚੀਜ਼ ਹੈ ਜੀ। ਤੇ ਪਹਿਲਾਂ ਕੀ ਸੀਗਾ ਵੀ ਉਹਨੂੰ ਜਿਹੜਾ ਬਿੱਲ ਬਣਦਾ ਸੀਗਾ 300 ਯੂਨਿਟ ਜਾਂ ਜਿੰਨੇ ਵੀ ਖਪਤ ਕੀਤੇ ਆ ਜੀ, ਉੱਤੇ ਉਹਦੇ 3 ਰੁਪਏ ਤੱਕ ਹੀ ਉਹਨੂੰ ਬਿੱਲ ਆਉਂਦਾ ਸੀਗਾ, ਬਾਕੀ ਜਿਹੜੀ ਆ ਸਬਸਿਡੀ ਮਿਲ ਜਾਂਦੀ ਸੀ, ਉਹ ਵਾਲੀ ਸਬਸਿਡੀ ਬੰਦ ਹੋ ਜਾਣੀ ਹੈ। ਮਤਲਬ ਦੋ ਸਿਚੁਏਸ਼ਨ ਹੋ ਗਈਆਂ, ਜਿੱਦਾਂ ਤੁਸੀਂ ਉਦਾਹਰਣ ਲੈ ਰਹੇ ਵੀ 2 ਕਿਲੋ ਵਾਟ ਦਾ ਲੋਡ ਹੈ, ਜੇ ਤਾਂ ਉਹਦੇ 300 ਯੂਨਿਟ ਦੇ ਵਿੱਚ ਹੈ ਉਹਨੂੰ 0 ਬਿੱਲ ਆਉਣਾ ਜੀ, ਜੇ ਉਹਨੇ 300 ਯੂਨਿਟ ਤੋਂ ਵੱਧ ਹੋ ਗਿਆ ਜੀ ਤੇ ਉਹਨੂੰ ਪੂਰਾ ਬਿੱਲ ਦੇਣਾ ਪੈਣਾ। ਪਹਿਲੇ ਜਿਹੜਾ ਉਹ 300-3 ਯੂਨਿਟ ਦੀ ਰਿਆਇਤ ਦਾ ਵੀ ਹੱਕ ਦੱਸੇਗਾ ਜੀ 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 ਬਿਲਕੁਲ, ਸੈਕਿੰਡ ਹੱਕ ਨਹੀਂ ਹੋਇਆ ਜੀ ਜੀ। ਕੀ ਉਹ ਜਿਹੜਾ ਉੱਪਰ ਬਿੱਲ ਆਏਗਾ, ਆਪਾਂ ਕਹਿੰਦੇ 300 ਯੂਨਿਟ 310 ਯੂਨਿਟਾਂ ਹੋ ਜਾਂਦੀਆਂ ਨੇ, ਜਾਂ ਆਪਾਂ 600 ਤੋਂ ਮੰਨ ਲਓ 10 ਯੂਨਿਟਾਂ ਹੋ ਗਈਆਂ, 610 ਯੂਨਿਟਾਂ ਦਾ ਬਿੱਲ ਲੱਗੇਗਾ, ਕਿ ਉਹ 3 ਰੁਪਏ ਦੇ ਹਿਸਾਬ ਨਾਲ ਲੈ ਕੇ ਜਾਏਗਾ? ਨੋ, 610 ਯੂਨਿਟਾਂ ਨੂੰ ਪੂਰਾ ਰੇਟ ਲੱਗੇਗਾ, ਫੁੱਲ ਰੇਟ ਲੱਗੇਗਾ। ਪਹਿਲੇ ਉਹ 3 ਰੁਪਏ ਦਾ ਰੇਟ ਲੱਗਦਾ ਸੀਗਾ, ਇਹ ਫਰਕ ਹੈ ਜੀ ਜੀ। ਤੇ ਇੱਕ ਹੋਰ, ਕੀ ਇਹ ਚ ਕੋਈ ਕੈਟਾਗਰੀ ਇਹਨਾਂ ਨੇ ਮੈਂਸ਼ਨ ਕੀਤੀ ਹੈ, ਕੋਈ SC BC ਜਰਨਲ ਇਦਾਂ ਦਾ ਕੁਝ? ਇਹ ਜਿਹੜੇ ਦੋਨੋਂ ਆਰਡਰ ਸੀਗੇ 7 ਕਿਲੋ ਵਾਟ ਵਾਲੇ ਵੀ ਤੇ ਇਹ ਜਿਹੜਾ 300 ਯੂਨਿਟ ਵਾਲਾ, ਇਹ ਤੇ ਕੋਈ ਕੈਟਾਗਰੀ ਨਾ ਤਾਂ ਪਹਿਲੇ ਲੱਗੀ ਸੀ, ਇਸ ਲਈ ਪਹਿਲੇ ਨਹੀਂ ਸੀ ਲੱਗੀ, ਨੈਚੁਰਲੀ ਹੁਣ ਵੀ ਨਹੀਂ ਲੱਗੀ। ਹਾਂ, ਇਹ ਤਾਂ ਸਾਰਿਆਂ ਲਈ ਓਪਨ ਸੀਗਾ ਪਹਿਲੇ, ਜਿਸ ਤਰ੍ਹਾਂ ਉਹ ਬਾਦਲ ਸਰਕਾਰ ਦੇ ਟਾਈਮ ਤੇ ਸੀਗਾ ਨਾ ਵੀ ਸ਼ਡਿਊਲ ਕਾਸਟ ਜਾਂ BPL ਕੈਟੇਗਰੀ ਉਹਨਾਂ ਨੂੰ ਦਿੰਦੇ ਸੀਗੇ, ਇਹਦੇ ਵਿੱਚ ਕੋਈ ਕੈਟੇਗਰੀ ਜਿਹੜੀ ਆ ਖਤਮ ਕਰ ਦਿੱਤੀ ਸੀ, ਇਸ ਲਈ ਹੁਣ ਜਦੋਂ ਲਾਗੂ ਕੀਤਾ ਉਦੋਂ ਵੀ ਕੋਈ ਕੈਟੇਗਰੀ ਨਹੀਂ ਸੀ, ਤਾਂ ਹੁਣ ਵੀ ਕੋਈ ਕੈਟੇਗਰੀ ਨਹੀਂ। ਫਿਰ ਜਿਹੜਾ 7 ਕਿਲੋ ਵਾਟ ਇਹਨਾਂ ਨੇ ਲਿਖਿਆ, ਤਾਂ 7 ਕਿਲੋ ਵਾਟ ਤੋਂ ਉੱਪਰ ਹੋਏਗਾ 3 ਰੁਪਏ? ਇਹ ਸਕੀਮ 7 ਕਿਲੋ ਵਾਟ ਤੱਕ ਦੇ ਖਪਤਕਾਰਾਂ ਲਈ ਹੀ ਲਾਗੂ ਸੀਗੀ, 7 ਕਿਲੋ ਵਾਟ ਤੇ ਉੱਤੋਂ ਵਾਲੇ ਖਪਤਕਾਰਾਂ ਲਈ ਇਹ ਸਕੀਮ ਲਾਗੂ ਨਹੀਂ ਸੀਗੀ। ਹੁਣ ਵੀ 7 ਕਿਲੋ ਵਾਟ ਤੱਕ ਹੀ ਲਾਗੂ ਰਹੇਗੀ? ਨਹੀਂ, 7 ਕਿਲੋ ਵਾਟ ਤੱਕ ਸਕੀਮ ਜਿਹੜੀ ਆ 3 ਰੁਪਏ ਵਾਲੀ ਬੰਦ ਹੋ ਗਈ ਜੀ, ਹੁਣ ਬੰਦ ਕੀਤੀ ਹੈ ਇਹਨਾਂ ਨੇ 7 ਕਿਲੋ ਵਾਟ। ਯੈਸ, ਓਕੇ, ਧੰਨਵਾਦ ਮਹਿੰਦਰ ਸਿੰਘ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਓਕੇ ਜੀ, ਥੈਂਕ, ਧੰਨਵਾਦ। ਦੇਖੋ, ਉਹਨਾਂ ਨੇ ਸਿੱਧੇ ਸਿੱਧੇ ਇਹ ਗੱਲ ਕਹੀ ਹੈ ਕਿ ਹੁਣ
ਇੱਕ ਤਾਂ ਲੋਕਾਂ ਨੂੰ ਇਸ ਗੱਲ ਦਾ ਸਹਿਮ ਪਾਲਣ ਦੀ ਲੋੜ ਨਹੀਂ ਹੈਗੀ ਕਿ ਤੁਹਾਡੀ 300 ਜਾਂ 600 ਯੂਨਿਟ ਦੀ ਜਿਹੜੀ ਮਾਫੀ ਉਹ ਬੰਦ ਹੋ ਗਈ, ਕਿਉਂਕਿ ਲੋਕਾਂ ਦੇ ਵਿੱਚ ਇੱਕ ਸਹਿਮ ਪਾਈ ਦੇ, ਕਿਉਂਕਿ ਇਹ ਜਿਹੜਾ ਜਦੋਂ ਨਾ ਕੋਈ ਵੀ ਚੀਜ਼ ਹੁੰਦੀ ਹੈ ਮਰਜ਼ੀ, ਦੇਖੋ ਹੁਣ ਮੰਨ ਲਓ ਬਿਜਲੀ ਦੀ 600 ਯੂਨਿਟ ਮਾਫੀ ਹੈ, ਜਦੋਂ ਬਿਜਲੀ ਰਿਗਾਰਡਿੰਗ ਕੋਈ ਨਾ ਕੋਈ ਸਰਕੂਲਰ ਆਉਂਦਾ, ਕੋਈ ਮਤਾ ਆਉਂਦਾ ਨਵਾਂ, ਤਾਂ ਲੋਕਾਂ ਨੂੰ ਇੱਕ ਹੋ ਜਾਂਦਾ ਵੀ 600 ਯੂਨਿਟ ਮਾਫੀ ਬੰਦ ਹੋ ਗਈ, ਜਾਂ ਉਹ ਕਹਿੰਦਾ ਜਾਂ 7 ਕਿਲੋਵਾਟ ਦਾ ਜਿਹੜਾ 3 ਰੁਪਏ ਯੂਨਿਟ ਕਿਹਾ ਜਾ ਰਿਹਾ ਸੀ, ਤਾਂ ਉਹਨਾਂ ਨੂੰ ਇਹ ਹੋ ਗਿਆ ਸੀਗਾ ਵੀ ਸ਼ਾਇਦ ਹੁਣ 3 ਰੁਪਏ ਯੂਨਿਟ ਬਿਜਲੀ ਲੱਗੇਗੀ, ਤਾਂ ਮਾਫੀ ਜਿਹੜੀ ਹੈਗੀ ਹੈ ਉਹ 'ਚ ਇੱਕ ਇਹ ਵੀ ਲਿਖਿਆ ਸੀ ਨਾਲ, ਇੱਕ ਲਾਈਨ ਤਾਂ ਇਹ ਲਿਖੀ ਸੀ ਕਿ ਮਾਫੀ ਜਾਰੀ ਰਹੇਗੀ, ਤੇ ਕਿਤੇ ਕਿਤੇ ਇਹ ਵੀ ਆ ਰਿਹਾ ਸੀ ਕਿ ਹੁਣ 3 ਰੁਪਏ ਯੂਨਿਟ ਬਿਜਲੀ ਦੇ ਦੇਣੇ ਪੈਣਗੇ। ਇੱਕ ਰਪਾਣੇ ਲੋਕਾਂ ਨੂੰ ਇਹ ਸਮਝਾਓ ਕਿ ਨਾ ਲੋਕ ਹਾਲੇ ਵੀ 605 ਦੇ ਵਿੱਚ ਹੋਣਗੇ, ਵੀ ਜੇਕਰ ਕਿਸੇ ਦਾ 300, ਜਿਵੇਂ ਸਰਕਾਰ ਨੇ 300 ਯੂਨਿਟ ਬਿਜਲੀ ਮਾਫ ਕੀਤੀ ਹੈ, ਜੇਕਰ ਕਿਸੇ ਦਾ 301 ਜਾਂ 302 ਆ ਜਾਂਦਾ, ਕਿ ਉਹਨਾਂ ਨੂੰ 2 ਦੇ ਪੈਸੇ ਦੇਣੇ ਪੈਣਗੇ ਜਾਂ 302 ਦੇ ਦੇਣੇ ਪੈਣਗੇ? ਉਹ ਤਾਂ ਦੇਖੋ ਉਹ ਤਾਂ ਕਲੀਅਰ ਆ ਕਿ ਜੇਕਰ ਤੁਹਾਡਾ 302 ਬਿਜਲੀ ਆਉਂਦਾ ਤਾਂ 302 ਦੇ ਹੀ, 300 ਦਾ ਆਉਂਦਾ ਹੀ ਨਹੀਂ ਕਿਉਂਕਿ 2 ਮਹੀਨਿਆਂ ਬਾਅਦ ਬਿੱਲ ਆਉਂਦਾ, 600 ਯੂਨਿਟ ਬਣ ਜਾਂਦਾ। ਅਗਰ 605 ਹੋ ਗਏ ਤਾਂ 605 ਯੂਨਿਟ ਦਾ ਜਿਹੜਾ ਤੁਹਾਨੂੰ ਬਿੱਲ ਆ ਉਹ ਦੇਣਾ ਪਏਗਾ। ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਜਿਹੜਾ ਵਹਿਮ ਹੁਣ ਹੋ ਗਿਆ ਸੀ, ਜਦੋਂ 3 ਰੁਪਏ ਯੂਨਿਟ ਦਾ ਇੱਕ ਰੌਲਾ ਪਿਆ ਸੀ 2-3 ਦਿਨ ਤੋਂ, ਤਾਂ ਲੋਕਾਂ ਨੂੰ ਕੀ ਗੱਲ ਹੋ ਗਈ ਸੀ ਵੀ ਸ਼ਾਇਦ 3 ਰੁਪਏ ਯੂਨਿਟ ਦੇ ਹਿਸਾਬ ਦੇ ਨਾਲ ਸਾਨੂੰ ਜਿਹੜੇ ਹੈਗਾ ਬਿੱਲ ਆਉਣਾ ਸ਼ੁਰੂ ਹੋਏਗਾ ਅਤੇ ਮਾਫ਼ੀ ਸਾਡੀ ਬੰਦ ਹੋਏਗੀ, ਵੀ 300 ਜਾਂ 600 ਯੂਨਿਟ ਤੱਕ 3 ਰੁਪਏ ਦੇਣੇ ਪੈਣਗੇ। ਉਹ ਇੱਦਾਂ ਦਾ ਕੁਛ ਨਹੀਂ ਹੈਗਾ, 300-600 ਯੂਨਿਟ ਜਿਹੜਾ ਆਪਣਾ ਮਾਫ਼ੀ ਹੈ ਪੰਜਾਬ ਸਰਕਾਰ ਵੱਲੋਂ ਉਹ ਹਰ ਇੱਕ ਦੇ ਲਈ ਜਾਰੀ ਰਹੇਗੀ, ਉਹ ਮਾਫ਼ੀ ਜਿਹੜੀ ਹੈਗੀ ਉਹ ਬੰਦ ਨਹੀਂ ਹੋਈ। ਤਾਂ ਦੂਜੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਹੁਣ ਇਹਦੇ ਜਿਹੜੇ ਰੇਟ ਹੈ ਪਿੱਛੇ ਜੇ ਇੱਕ ਰੇਟ ਵਧਾਇਆ, ਕਿਉਂਕਿ ਪਹਿਲਾਂ ਸੀਗਾ ਵੀ ਸ਼ਾਇਦ 3 ਰੁਪਏ ਯੂਨਿਟ ਦੇ ਹਿਸਾਬ ਨਾਲ ਬਿੱਲ ਲੱਗੇਗਾ, ਪੂਰੀ ਪੂਰਾ ਰੇਟ ਲੱਗੇਗਾ, 300 ਤੋਂ ਬਾਅਦ ਪੂਰਾ ਰੇਟ ਲੱਗੇਗਾ। ਰਪਾਣੀ ਜਿਹੜੀ ਨਵੀਂ ਪਾਲਿਸੀ ਲੈ ਕੇ ਆਉਂਦੀ ਹੈ ਕਿ ਹੁਣ ਸਰਕਾਰ 'ਤੇ ਬੋਝ ਪਵੇਗਾ ਜਾਂ ਫਿਰ ਆਮ ਲੋਕਾਂ ਨੂੰ ਜਿਹੜਾ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ? ਦੇਖੋ ਗੱਲ ਇਹ ਹੈ ਵੀ ਜਦੋਂ ਤੋਂ ਪੰਜਾਬ ਸਰਕਾਰ ਨੇ ਬਿਜਲੀ ਮਾਫੀ ਕੀਤੀ ਤਾਂ ਲੋਕਾਂ ਨੂੰ ਇਹ ਲੱਗ ਗਿਆ ਸੀ ਵੀ ਸਰਕਾਰ ਬਿਜਲੀ ਮਾਫੀ ਤਾਂ ਦੇ ਰਹੀ ਹੈ, ਤਾਂ ਇਹਦਾ ਜਿਹੜਾ ਅਸਰ ਹੈ ਆਮ ਲੋਕਾਂ 'ਤੇ ਪੈ ਰਿਹਾ, ਉਹ ਕਿਸੇ ਕਿਸੇ ਤਰੀਕੇ ਨਾਲ, ਚਾਹੇ ਟੈਕਸ ਵਧਾ ਤਾ, ਚਾਹੇ ਪੈਟਰੋਲ ਵਧਾ ਤਾ, ਚਾਹੇ ਤੇਲ ਵਧਾ ਤਾ, ਅਤੇ ਉਹ ਜਿਹੜੇ ਟੈਕਸ ਹੈ ਵੱਧਦੇ ਜਾ ਰਹੇ ਸੀਗੇ। ਤਾਂ ਹੁਣ ਕੀ ਹੈ ਕਿ ਜਦੋਂ ਤਾਂ ਪੰਜਾਬ ਦੇ ਵਿੱਚ ਸਿਰਫ ਕਿਸਾਨਾਂ ਦੇ ਮਾਫੀ ਸੀ, ਦੇਖੋ ਇੱਕ ਹੋਰ ਵੀ ਕਿਸਾਨਾਂ ਦਾ ਮੈਟਰ ਵੀ ਨਾਲ ਹੈ, ਕਿਉਂਕਿ ਕਿਸਾਨਾਂ ਨੂੰ ਵੀ ਤਾਂ ਪੂਰੀ ਮਾਫੀ ਹੈ ਨਾ। ਅੱਛਾ, ਫਿਰ ਕਿਸਾਨਾਂ ਨੂੰ ਮਾਫੀ, ਕਿਸਾਨਾਂ ਨੂੰ ਵੀ ਪੂਰੀ ਮਾਫੀ ਹੈ ਜਿਹੜੀ ਆਪਾਂ ਦੇਖ ਰਹੇ ਹਾਂ, ਵੀ ਕਿਸਾਨਾਂ ਨੂੰ ਵੀ ਸਾਰੀ ਜਿੰਨੀ ਬਿਜਲੀ ਉਹ ਮਾਫੀ ਹੈ। ਤੇ ਹੁਣ ਕੀ ਹੈ ਕਿ ਜਦੋਂ ਤਾਂ ਕਿਰਫ ਕਿਸਾਨਾਂ ਦੀ ਸੀ ਇਕੱਲੀ, ਪਹਿਲਾਂ ਸਰਕਾਰਾਂ ਦੇ ਸਮੇਂ ਜਾਂ ਆਮ ਲੋਕਾਂ ਨੂੰ 100 ਯੂਨਿਟ ਮਾਫੀ ਸੀ, ਉਦੋਂ ਤਾਂ ਇਹਦਾ ਜਿਹੜਾ ਭਾਰ ਸੀ ਲਗਭਗ 13,000 ਕਰੋੜ ਦੇ ਆਸ ਪਾਸ ਸੀਗਾ। ਅੱਛਾ, ਜਿਹੜਾ ਸੀਗਾ ਜਦੋਂ ਆਮ ਆਦਮੀ ਪਾਰਟੀ ਸਰਕਾਰ ਨੇ 300-600 ਯੂਨਿਟ ਮਾਫੀ ਕੀਤੀ, ਤਾਂ ਇੱਕਦਮ ਵੱਧ ਕੇ ਜਿਹੜਾ ਇਹਦਾ ਬੋਝ ਹੈ ਸਰਕਾਰ ਦੇ ਉੱਪਰ ਜਾਂ ਬਿਜਲੀ ਬੋਰਡ ਦੇ ਉੱਪਰ, ਇਹ 2,000 ਕਰੋੜ ਕ੍ਰੋਸ ਕਰ ਗਿਆ। ਤਾਂ ਹੁਣ ਉੱਧਰ ਇੱਕ ਪਾਸੇ ਤਾਂ ਤਨਖਾਹਾਂ ਦੇ ਲਾਲੇ ਪੈ ਗਏ, ਦੂਜੇ ਪਾਸੇ ਸਰਕਾਰਾਂ ਨੂੰ ਇਹ ਲੱਗਣ ਲੱਗ ਗਿਆ ਵੀ ਸ਼ਾਇਦ ਜਿਹੜੀ ਮਾਫੀ ਹੈ ਜ਼ਿਆਦਾ ਦੇ ਦਿੱਤੀ ਗਈ, ਤਾਂ ਉਹਨਾਂ ਨੂੰ ਭਾਰ ਚੱਲਣਾ ਔਖਾ ਹੋ ਗਿਆ ਸਰਕਾਰਾਂ ਨੂੰ। ਹੁਣ ਕਿਵੇਂ ਨਾ ਕਿਵੇਂ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਹੈ ਵੀ ਮਾਫੀ ਵੀ ਚੱਲਦੀ ਰਹੇ ਅਤੇ ਸਰਕਾਰ ਕਿੰਨੀ ਕੁਝ ਪੈਸੇ ਵੀ ਆਉਣੇ ਸ਼ੁਰੂ ਹੋ ਜਾਣ, ਤਾਂ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਜਿਹੜੀਆਂ ਹੈਗੀਆਂ, ਔਰ ਬਾਕੀ ਜਾਣਕਾਰੀ ਜਿਹੜੀ ਆਪਾਂ ਜਿਹਨੇ ਭੁਪਿੰਦਰ ਸਿੰਘ ਨੇ ਆਪਾਂ ਨੂੰ ਪੂਰੀ ਦਿੱਤੀ ਹੈ ਪੰਜਾਬੀ ਦੇ ਵਿੱਚ, ਉਹਨੇ ਸਾਰੀ ਜਾਣਕਾਰੀ ਦਿੱਤੀ ਹੈ ਔਰ ਇਹ ਕਲੀਅਰ ਹੈ ਕਿ ਹੁਣ ਕਿਸੇ ਦੀ ਬਿਜਲੀ ਮਾਫੀ ਬੰਦ ਨਹੀਂ ਹੋਈ। ਪਰ ਆਮ ਲੋਕ ਤਾਂ ਕਿਤਨਾ ਕਿਤੇ, ਜਿਸ ਤਰ੍ਹਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ, ਲੋਕਾਂ ਨੇ ਕਿਹਾ ਸੀ ਕਿ 300 ਯੂਨਿਟ ਜਾਂ 600 ਯੂਨਿਟ ਬਿਜਲੀ ਮਾਫ਼ ਹੋਵੇਗੀ, ਬੇਸ਼ੱਕ ਯੂਨਿਟ ਮਾਫ਼ ਹੈ, ਤਾਂ ਉਸ ਤੋਂ ਬਾਅਦ ਜਿਹੜਾ ਤੁਸੀਂ ਕਹਿ ਰਹੇ ਹੋ ਪੈਸੇ ਲੱਗਣਗੇ, ਪਰ ਲੋਕਾਂ ਦਾ ਕੀ ਲੱਗਣਾ ਕਿ ਰੁਪਈਆ ਕਿੱਦਾਂ ਦਾ ਹੋਊਗਾ, ਕਿਉਂਕਿ ਲੋਕ ਤਾਂ ਕਹਿਣਗੇ ਵੀ ਉਹ ਯੂਨਿਟ ਦੇ ਪੈਸੇ ਲੱਗ ਰਹੇ ਨੇ? ਨਹੀਂ ਨਹੀਂ, ਦੇਖੋ ਇਹ ਪਹਿਲਾਂ ਹੀ ਸੀਗਾ, ਇਹ ਪਹਿਲਾਂ ਹੀ ਕਲੀਅਰ ਸੀਗਾ ਕਿ ਜੇਕਰ ਤੁਸੀਂ ਵੱਧ ਯੂਨਿਟ ਫੂਕੋਗੇ ਤਾਂ ਉਹ ਤੁਹਾਨੂੰ ਪੈਸੇ
ਦੇਣੇ ਪੈਣਗੇ। ਉਹਦੇ ਵਿੱਚ ਇੱਕ ਕੈਟਾਗਰੀ ਦਾ ਵੀ ਸੀਗਾ ਵੀ ਸ਼ਾਇਦ ਜਰਨਲ ਐਸ ਸੀ ਬੀ ਸੀ ਵੀ ਉਹਦੇ ਵਿੱਚ ਵੀ ਹੈਗਾ ਵੀ ਕਿਸੇ ਨੂੰ ਪੂਰੀ ਮਾਫੀ ਆ ਕਿਸੇ ਨੂੰ ਅੱਧੀ ਹੈ, ਪਰ ਅਜੇ ਤੱਕ ਇੱਦਾਂ ਦਾ ਕੁਛ ਨਹੀਂ ਹੈਗਾ। ਅਜੇ ਤੱਕ ਤਾਂ ਇਹ ਹੈ ਵੀ ਜੇਕਰ ਤੁਸੀਂ 600 ਤੋਂ ਉੱਪਰ ਯੂਨਿਟ ਫੂਕੋਗੇ ਤਾਂ ਤੁਹਾਨੂੰ ਸਾਰੀਆਂ ਯੂਨਿਟਾਂ ਦਾ ਜਿਹੜਾ ਬਿੱਲ ਆ ਉਹ ਦੇਣਾ ਪਏਗਾ। ਠੀਕ ਹੈ ਰਪਾਲੀ ਜੀ, ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਅਸੀਂ ਜਿਹੜਾ ਪੂਰੀ ਤਰੀਕੇ ਦੇ ਨਾਲ ਜਿਹੜਾ ਤੁਹਾਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜਿਹੜਾ ਨਵਾਂ ਜਿਹੜਾ ਬਿੱਲ ਆ ਪਾਸ ਕੀਤਾ ਗਿਆ ਕਿ ਤੁਹਾਡੇ ਜਿਹੜਾ ਯੂਨਿਟ ਹੈ ਉਹ ਕਿਸ ਤਰ੍ਹਾਂ ਫੂਕਣਗੇ ਅਤੇ ਕਿੰਨਾ ਤੁਹਾਡਾ ਬਿੱਲ ਆਏਗਾ। ਜੇਕਰ ਤੁਹਾਡਾ 600 ਯੂਨਿਟ ਹੈ, 600 ਯੂਨਿਟ ਜਿਹੜਾ ਸਰਕਾਰ ਨੇ ਫ੍ਰੀ ਕੀਤਾ, ਜੇਕਰ ਤੁਸੀਂ ਉਸ ਤੋਂ ਉੱਪਰ ਬਾਲਦੇ ਹੋ ਤਾਂ ਜਾਣੀ ਕਿ ਬਿਜਲੀ ਫੂਕਦੇ ਹੋ ਤਾਂ ਤੁਹਾਡਾ ਜਿਹੜਾ 600 ਯੂਨਿਟ ਨਾਲ ਜੁੜੇਗਾ। ਜਿਹੜਾ ਤੁਸੀਂ ਐਕਸਟਰਾ ਜਿਹੜਾ ਯੂਜ਼ ਕੀਤਾ ਤਾਂ ਉਹ ਵੀ ਜਿਹੜਾ ਨਾਲ ਲੱਗ ਕੇ ਜਿਹੜਾ ਤੁਹਾਡਾ ਪਰਿਵਾਰ ਦਾ ਜਿਹੜਾ ਬਿੱਲ ਆ ਉਹ ਆਵੇਗਾ। ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ। ਮੈਨੂੰ ਲਿਓ ਦਿਓ ਇਜਾਜ਼ਤ। ਧੰਨਵਾਦ।